हेलो, मेरा नाम कोमल गरेवाल है। मैं विक्टोरिया दे चोन कमिशन लई लोकतंत्र राष्ट्रीय वजों काम करते हां। जे थोड़ा नाम 28 अगस्त नूं शाम 4 बजे तक अक्टूबर दियां कौंसल चोणां वास्ते वोटरां दी सूची विच सी तां अक्टूबर दे शुरू विच तुहानूं डाक राहीं वोट वाली चिट्ठी मिल जाएगी। जे तुहानूं 16 अक्टूबर तक अपनी वोट वाली चिट्ठी नहीं मिली तां कृपा करके मेलबर्न सिटी कौंसल चोन दफ्तर नूं 9209011 तो उत्ते फोन करो। आओ वेखिए कि वोट वाली चिट्ठी विच की है। दो वोटां हन, एक गुलाबी रंग दी वोट लॉर्ड मेयर अते डिप्टी लॉर्ड मेयर लई है अते उम्मीदवारां दे बयानां दा एक किताब चावी है। दूजी नीली वोट कौंसलरां वास्ते है अते उम्मीदवारां दे बयानां दा किताब चा है। एक वोट वाला लिफाफा, एक जवाबी डाक दा भुगतान करन वाला लिफाफा। मैं तुहानूं इह विखाउंदी हां कि सही तरीके नाल वोट किवें पाउणी है। आओ गुलाबी वोट अते उम्मीदवारां वाले बयानां दे किताबचे तों शुरू करिए। कदम एक, जे तुहानूं लोड है तां किसे होर नूं कहो कि ओह तुहाडे वास्ते उम्मीदवारां दे बयानां नूं पढ़े। इस तों बाद तुहानूं फैसला करन दी लोड है कि वोट किस नूं पाउणी है। कदम दो, सही तरीके नाल वोट किवें पाउणी है। ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਸਾਰੇ ਡੱਬਿਆਂ ਵਿੱਚ ਨੰਬਰ ਲਿਖੋ। ਜਿਸ ਨੂੰ ਤੁਸੀਂ ਸਭ ਤੋਂ ਵੱਧ ਚਾਹੁੰਦੇ ਹੋ ਉਸ ਉਮੀਦਵਾਰ ਦੇ ਅੱਗੇ ਨੰਬਰ 1 ਲਿਖੋ। ਆਪਣੀ ਦੂਸਰੀ ਪਸੰਦ ਦੇ ਅੱਗੇ ਨੰਬਰ 2 ਲਿਖੋ। ਆਪਣੀ ਤੀਸਰੀ ਪਸੰਦ ਦੇ ਅੱਗੇ ਨੰਬਰ 3 ਲਿਖੋ। ਤੁਹਾਨੂੰ ਹਰੇਕ ਡੱਬੇ ਵਿੱਚ ਨੰਬਰ ਲਿਖਣਾ ਚਾਹੀਦਾ ਹੈ। ਆਓ ਨੀਲੀ ਵੋਟ ਅਤੇ ਉਮੀਦਵਾਰਾਂ ਦੇ ਬਿਆਨਾਂ ਵਾਲੇ ਕਿਤਾਬਚੇ ਉੱਤੇ ਨਜ਼ਰ ਮਾਰੀਏ। ਕਦਮ 1, ਜੇ ਤੁਹਾਨੂੰ ਲੋੜ ਹੈ ਤਾਂ ਕਿਸੇ ਹੋਰ ਨੂੰ ਕਹੋ ਕਿ ਉਹ ਤੁਹਾਡੇ ਵਾਸਤੇ ਉਮੀਦਵਾਰਾਂ ਦੇ ਬਿਆਨਾਂ ਨੂੰ ਪੜ੍ਹੇ। ਇਸ ਤੋਂ ਬਾਅਦ ਤੁਹਾਨੂੰ ਫੈਸਲਾ ਕਰਨ ਦੀ ਲੋੜ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਕਦਮ 2, ਨੀਲੀ ਵੋਟ ਉੱਤੇ ਕੌਂਸਲਰਾਂ ਨੂੰ ਵੋਟ ਪਾਉਣ ਲਈ ਤੁਹਾਡੇ ਕੋਲ 2 ਤਰੀਕੇ ਹਨ। ਤਰੀਕਾ 1, ਲਾਈਨ ਤੋਂ ਉੱਪਰ ਤੁਸੀਂ ਕਿਸੇ ਉਮੀਦਵਾਰ ਜਾਂ ਉਮੀਦਵਾਰਾਂ ਦੇ ਸਮੂਹ ਦੇ ਡੱਬੇ ਅੱਗੇ ਨੰਬਰ 1 ਲਿਖੋ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ। ਇਹ ਇੱਥੇ ਹੀ ਮੁਕੰਮਲ ਹੋ ਜਾਂਦਾ ਹੈ। ਜਾਂ ਤਰੀਕਾ 2, ਲਾਈਨ ਦੇ ਹੇਠਾਂ ਤੁਸੀਂ ਆਪਣੀ ਚੋਣ ਦੇ ਆਧਾਰ 'ਤੇ ਸਾਰੇ ਡੱਬਿਆਂ ਵਿੱਚ ਨੰਬਰ ਲਿਖੋ। ਜਿਸ ਨੂੰ ਤੁਸੀਂ ਸਭ ਤੋਂ ਵੱਧ ਚਾਹੁੰਦੇ ਹੋ ਉਸ ਉਮੀਦਵਾਰ ਦੇ ਅੱਗੇ ਨੰਬਰ 1 ਲਿਖੋ। ਆਪਣੀ ਦੂਸਰੀ ਪਸੰਦ ਦੇ ਅੱਗੇ ਨੰਬਰ 2 ਲਿਖੋ। ਆਪਣੀ ਤੀਸਰੀ ਪਸੰਦ ਦੇ ਅੱਗੇ ਨੰਬਰ 3 ਲਿਖੋ। ਤੁਹਾਨੂੰ ਹਰੇਕ ਡੱਬੇ ਵਿੱਚ ਨੰਬਰ ਲਿਖਣਾ ਚਾਹੀਦਾ ਹੈ। ਮੈਂ ਤੁਹਾਨੂੰ ਇਹ ਵਿਖਾਉਂਦੀ ਹਾਂ ਕਿ ਆਪਣੀ ਭਰੀ ਹੋਈ ਵੋਟ ਨੂੰ ਵਾਪਸ ਕਿਵੇਂ ਕਰਨਾ ਹੈ। ਕਦਮ 1, ਗੁਲਾਬੀ ਅਤੇ ਨੀਲੀ ਵੋਟ ਨੂੰ ਵੋਟ ਵਾਲੇ ਲਿਫਾਫੇ ਵਿੱਚ ਪਾਓ। ਕਦਮ 2, ਵੋਟ ਵਾਲੇ ਲਿਫਾਫੇ ਦੇ ਪਿਛਲੇ ਪਾਸੇ ਆਪਣਾ ਨਾਮ, ਆਪਣੀ ਜਨਮ ਤਰੀਕ, ਉਸ ਦਿਨ ਦੀ ਤਰੀਕ ਲਿਖੋ ਅਤੇ ਦਸਤਖਤ ਕਰਕੇ ਲਿਫਾਫੇ ਨੂੰ ਬੰਦ ਕਰੋ। ਕਦਮ 3, ਇਸ ਲਿਫਾਫੇ ਨੂੰ ਜਵਾਬੀ ਡਾਕ ਦਾ ਭੁਗਤਾਨ ਕਰਨ ਵਾਲੇ ਲਿਫਾਫੇ ਵਿੱਚ ਪਾਓ। ਕਦਮ 4, ਜਿੰਨੀ ਜਲਦੀ ਹੋਵੇ ਆਪਣੀ ਵੋਟ ਨੂੰ ਵਾਪਸ ਪਹੁੰਚਾਓ। ਵੱਧ ਤੋਂ ਵੱਧ ਇਹ ਜ਼ਰੂਰੀ ਤੌਰ 'ਤੇ ਸ਼ੁੱਕਰਵਾਰ 23 ਅਕਤੂਬਰ 6 ਵਜੇ ਸ਼ਾਮ ਦੇ ਡਾਕ ਵਿੱਚ ਹੋਣੀ ਚਾਹੀਦੀ ਹੈ ਜਾਂ ਹੱਥੀਂ ਆਪਣੇ ਸਥਾਨਕ ਚੋਣ ਦਫ਼ਤਰ ਵਿੱਚ ਪਹੁੰਚਾਓ। ਤੁਹਾਡਾ ਮੈਲਬਰਨ, ਤੁਹਾਡੀ ਵੋਟ। ਯੋਰ ਮੈਲਬਰਨ, ਯੋਰ ਵੋਟ।